थाना खालड़ा अधीन आउंदे पिंड माड़ी कंबोके विखे पुरानी बेली जगह दे कब्जे नूं लै के दो धिरां आमो सामने हो गईआं। इस संबंधी थाना खालड़ा विखे दरखास्त दिंदिआं मनजीत कौर पत्नी चरणजीत सिंह वासी माड़ी कंबोके ने कहा कि पिंड दे साबका जीओजी ते पिंड दे होर पंज चार व्यक्ति ते दोष लगाउंदिआं कहा कि साडी सांझी जगह साडे घर दे नाल है जिस विच चार पांच जाने हिस्सेदार हैं। असी उस जगह पर पिछले कई साल तो पीर लखदाता दे हर वीरवार चिराग जगाते हाँ, पर पिंड का साबका फौजी अपने कुछ हमख्याली व्यक्तियों नूं लैके उस जगह नूं अपनी दस के कब्जा करन लगा सी। जदों असी इस दा विरोध किया ता इसने मेरे नाल गाली गलोच किया। इस मौके एकत्र होए हिंद कम्यूनिस्ट पार्टी के सूबा सकत्तर कामरेड हीरा सिंह, कामरेड लखा सिंह, कामरेड ने भी इस कब्जे नूं नजायज दसदिया उक्त फौजी ते कार्रवाई करन दी मंग कीती है। दसनयोग है कि इस मामले विच कुछ किसान आगू भी अपनी राजनीति चमकाउण दी फिराक विच हन। भिखी पिंड तों दलवीर उद्दोके दी लोक भलाई दा स्नेहा टीवी लई खास रिपोर्ट। की नाम आता जी तुहाडा? मनजीत कौर। ਕੀ ਮਸਲਾ ਜਿਹੜਾ ਥਾਂ ਦਾ ਜਿਹੜਾ ਬਣਦਾ ਇਹਨੇ? ਮਸਲਾ ਇਹ ਭਾਈ ਸਾਡੇ ਥਾਂ ਦਾ ਹੈਗਾ ਵੀ ਸਾਰੇ ਪੰਜਾਂ ਚੌਂਕਰਾਂ ਦਾ ਸਾਡਾ ਥਾਂ ਹੈ। ਇਹ ਚਿਰਾਗਾਂ ਲਈ ਛੱਡਿਆ ਸੀ ਪੀਰਾਂ ਲਈ, ਅਤੇ ਪੀਰਾਂ ਲਈ ਇਹ ਹੁਣ ਇੱਕ ਘਰ ਵੱਲ ਨੱਡਿਆ। ਇਹ ਜਗ੍ਹਾ ਬਣੀ ਸੀ ਪੀਰਾਂ ਦੀ? ਹਾਂਜੀ ਬਣੀ ਸੀ। ਕੌਣ ਵੱਲਦਾ? ਵੱਲਦਾ ਗੁਰਦੇਵ ਸਿੰਘ। ਅਤੇ ਤੁਸੀਂ ਡੱਕਿਆ ਨਹੀਂ? ਨਾ ਅਸੀਂ ਨਹੀਂ ਡੱਕਿਆ। ਕਿਉਂ? ਸਾਨੂੰ ਉਹਨੇ ਸਾਡੇ ਨਾ ਪਹਿਲਾਂ ਸਤਾਰੇ ਸਿੰਘ ਨਾਲ ਸਾਡਾ ਝਗੜਾ ਹੋਇਆ ਸੀ, ਅਤੇ ਉਹਨੇ ਸਾਡੇ ਨਾਲ ਦੂਜਾ ਕੀਤਾ ਵੀ ਉਹਨੇ ਕਰਕੇ ਸਾਡੇ ਨਾਲ, ਅਤੇ ਉਦੋਂ ਬਾਅਦ ਨਹੀਂ ਕੋਈ ਉਹਨੇ ਨਾ ਉਹਨੇ ਗੱਲ ਕੀਤੀ ਨਾ ਹੀ ਕੀਤੀ ਕੋਈ। ਇਹਨੇ ਹੁਣ ਸਾਨੂੰ ਦੱਸਿਆ ਨਹੀਂ, ਪੁੱਛਿਆ ਨਹੀਂ, ਇਹਨੇ ਆਪਣੇ ਆਪ ਦਰਖਾਸਤ ਦੇ ਦਿੱਤੀ। ਹਾਂਜੀ, ਕੀ ਚਾਹੁੰਦੇ? ਕੀ ਅਸੀਂ ਮੈਂ ਚਾਹੁੰਦੀ ਹਾਂ ਵੀ ਸਾਡੇ ਦਾਦਿਆਂ ਪੜਦਾਦਿਆਂ ਤੱਕ ਚਿਰਾਗਾਂ ਦਾ ਹੀ ਥਾਂ ਰਿਹਾ ਹੈ ਅਤੇ ਚਿਰਾਗਾਂ ਦਾ ਹੀ ਰਹੇ। ਕੋਈ ਦਰਖਾਸਤ ਦਿੱਤੀ ਜੇ ਇਸ ਸੰਬੰਧੀ? ਹਾਂਜੀ। ਅਤੇ ਆਈ ਪੁਲਿਸ, ਕੋਈ ਕਾਰਵਾਈ ਹੋਈ? ਪੁਲਿਸ ਆਈ ਸੀ ਅਤੇ ਪਰ ਉਹਨਾਂ ਕੋਈ ਕਾਰਵਾਈ ਨਹੀਂ ਓਡੀ ਕੀਤੀ। ਕੀ ਮੰਗ ਕਰਦੇ ਤੁਸੀਂ? ਅਸੀਂ ਮੈਂ ਮੰਗ ਕਰਦੀ ਵੀ ਇਹ ਚਿਰਾਗਾਂ ਦੇ ਥਾਂ ਵਾ, ਅਤੇ ਇਹ ਬਾਬੇ ਪੀਰਾਂ ਦਾ ਹੈਗਾ ਸੀ, ਸਾਡੇ ਸੱਸਾਂ ਸਹੁਰਿਆਂ ਛੱਡਿਆ, ਅਤੇ ਚਿਰਾਗਾਂ ਦਾ ਹੀ ਰਹੇ। ਇਹ ਢਾਇਆ ਕਿੰਨੇ? ਢਾਇਆ ਸਤਾਰੇ ਨੇ। ਇੱਥੇ ਵੇਖੋ ਜੀ, ਜੇ ਤਾਂ ਅਕਾਲੀ ਦਲ ਦੀ ਸਰਕਾਰ ਆਉਂਦੀ ਆ ਉਹ ਨਜਾਇਜ਼ ਕਬਜ਼ੇ ਕਰਦੀ ਆ, ਜੇ ਕਾਂਗਰਸ ਦੀ ਸਰਕਾਰ ਆਈ ਆ ਉਹਨਾਂ ਨਜਾਇਜ਼ ਕਬਜ਼ੇ ਕੀਤੇ ਆ, ਹੁਣ ਆਮ ਆਦਮੀ ਪਾਰਟੀ ਸਰਕਾਰ ਆ ਗਈ ਆ ਇਹ ਜਿਹੜੀ ਉਹਨਾਂ ਨਾਲੋਂ ਵੀ ਟੱਪ ਗਈ ਆ। ਇਹ ਜਿਹੜੀ ਇਹ ਜਗ੍ਹਾ ਵਾ ਇੱਥੇ ਇਹਨਾਂ ਦੀ ਸਾਂਝੀ ਆ ਪੰਜਾਂ ਚੌਂਕਰਾਂ ਦੀ। ਇੱਥੇ ਪੁਰਾਣੇ ਜੱਦੀ ਪੁਰਖੀ ਜਿਹੜਾ ਇਹਨਾਂ ਦਾ ਉੱਥੇ ਪੀਰ ਬਾਬੇ ਲਖਤਾ ਦੀ ਜਗ੍ਹਾ ਵਾ, ਇਹਨਾਂ ਸਾਰੇ ਪਰਿਵਾਰ ਨੇ ਛੱਡੀ ਸੀ, ਅਤੇ ਇਹ ਹੁਣ ਇਹਨਾਂ ਦੀ ਇਹ ਮੰਗ ਆ ਵੀ ਇਹ ਜਿਹੜੇ ਸਾਰਾ ਪਰਿਵਾਰ ਆ ਇਹ ਜਗ੍ਹਾ ਜਿਹੜੀ ਉਹ ਬਾਬੇ ਲਖਦਾ ਦੇ ਨਾਂ ਦੇ ਰਵੇ, ਇਹਨੂੰ ਕੋਈ ਵੀ ਨਾ ਜਿਹੜਾ ਵਲੇ, ਅਤੇ ਜਿਹੜੇ ਵੀ ਇਹ ਢਾਈ ਕਹਿੰਦੇ ਸੀ ਇਹ ਢਾਈ ਗੁਰਦੇਵ ਸਿੰਘ ਫੌਜੀ ਅਤੇ ਨਾਲ ਉਹਦੇ ਹੋਰ ਸਾਥੀ ਤਿੰਨ ਚਾਰ। ਇਹ ਪੀਰਾਂ ਦੀ ਜਗ੍ਹਾ ਇਹ ਘਰ ਬਣਾਉਣ ਵਾਸਤੇ ਬਣਦਾ ਜ਼ਬਰਦਸਤ? ਹਾਂਜੀ, ਇਹ ਘਰ ਬਣਾਉਣ ਵਾਸਤੇ ਮਿਲਦਾ ਜ਼ਬਰਦਸਤੀ ਜੀ। ਮੰਗ ਕੀ ਕਰਦੇ ਹੋ? ਅਸੀਂ ਤਾਂ ਇਹ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿਸ ਤਰ੍ਹਾਂ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਨਜਾਇਜ਼ ਕਬਜ਼ੇ ਛਡਾਉਣ ਡਿਆ ਲੋਕਾਂ ਤੋਂ, ਅਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਐਸ ਐਸ ਪੀ ਸਾਹਿਬ ਤੋਂ ਮੰਗ ਕਰਦੇ ਹਾਂ ਕਿ ਜਿੰਨੇ ਵੀ ਨਾ ਤਾਂ ਨਜਾਇਜ਼ ਪਿੰਡਾਂ ਦੇ ਵਿੱਚ ਇਹਨਾਂ ਵਲੇ ਆ, ਇਹ ਵਲਨ ਸਾਰੇ ਮੋਧਵਾਰੀ ਡਹੇ ਆ। ਜੇ ਕਾਂਗਰਸ ਸਰਕਾਰ ਆਉਂਦੀ ਤਾਂ ਕਾਂਗਰਸ ਹੀ ਵੱਲ ਲੈਂਦੇ ਆ, ਜੇ ਅਕਾਲੀ ਦਲ ਦੀ ਆਉਂਦੀ ਤਾਂ ਅਕਾਲੀ ਦਲ ਵੱਲ ਲੈਂਦੇ ਆ, ਹੁਣ ਆਮ ਆਦਮੀ ਪਾਰਟੀ ਸਰਕਾਰ ਆ ਗਈ ਆ ਇਹ ਵੀ ਉਸੇ ਰਾਹ 'ਤੇ ਤੁਰ ਪਏ ਆ। ਇਹ ਨਜਾਇਜ਼ ਇਹ ਗੁਰਦੇਵ ਸਿੰਘ ਫੌਜੀ ਕੌਣ ਹੈ ਜੀ? ਇਹ ਫੌਜੀ ਸਾਡੇ ਪਰਿਵਾਰ ਦਾ ਬਈ ਤੁਹਾਡੇ? ਮੇਰਾ ਨਾਮ ਗੁਰਦੇਵ ਸਿੰਘ। ਸਰ, ਇੱਕ ਤੁਹਾਡੇ ਦੇ ਨਾ ਮਨਜੀਤ ਕੌਰ ਵੱਲੋਂ ਦੋਸ਼ ਲਾਏ ਗਏ ਕਿ ਇੱਕ ਪੁਰਾਣੀ ਪੀਰਾਂ ਦੀ ਜਗ੍ਹਾ ਸੀਗੀ ਪੁਰਾਣੇ ਵੇਲਿਆਂ ਦੀ, ਅਤੇ ਉਹਨੂੰ ਤੁਹਾਡੇ ਵੱਲੋਂ ਜ਼ਬਰਦਸਤੀ ਢਾ ਦਿੱਤਾ ਗਿਆ ਜੀ? ਨਹੀਂ ਜੀ, ਚਾਚੀ ਜੀ ਸਾਡੀ ਲੱਗਦੇ ਆ, ਉਹ ਸਾਡੇ ਦੂਜੇ ਪਰਿਵਾਰ ਤੋਂ, ਮੇਰੇ ਦਾਦਾ ਜੀ ਦੇ ਛੋਟੇ ਭਰਾ ਨੇ, ਉਹਨਾਂ ਦਾ ਤਾਂ ਇਹਨਾਂ ਨਾਲ ਲੈਣਾ ਦੇਣਾ ਕੋਈ ਨਹੀਂ, ਅਸੀਂ ਤਾਂ ਉਹ ਧਰਤੀ ਤੌਰ 'ਤੇ ਮੇਰੇ ਦਾਦਾ ਜੀ ਨੇ ਦਿੱਤੀ ਸੀ, ਅਸੀਂ ਇਹਨਾਂ 'ਤੇ ਵਰਤੋਂ 'ਚ ਲਿਆਂਦਾ। ਸਾਡੀ ਇੰਨੀ ਗਲਤੀ ਸੀ ਵੀ ਅਸੀਂ ਉਹ ਖਾਲੀ ਛੱਡ ਛੱਡਿਆ, ਨਾ ਉੱਥੇ ਕੋਈ ਚਿਰਾਗ ਸੀ ਨਾ ਉੱਥੇ ਕੁਛ ਸੀ। ਇਹ ਬਿਲਕੁਲ ਇਸ ਚੀਜ਼ ਨੂੰ ਮੈਂ ਖਾਰਜ ਕਰਦਾ, ਇਸ ਚੀਜ਼ ਦਾ ਮੈਂ ਜ਼ਿੰਮੇਵਾਰ ਹਾਂ। ਇੱਕ ਬਜ਼ੁਰਗ ਮਾਤਾ ਉਹਨਾਂ ਦੇ ਘਰੇ, ਉਹ ਕਹਿ ਰਹੀ ਹੈ ਕਿ ਜਦੋਂ ਮੈਂ ਵਿਆਹ ਕੇ ਆਈ ਹਾਂ ਇਸੇ ਜਗ੍ਹਾ 'ਤੇ ਦੀਪੋ, ਉਹ ਦੀਪੋ ਸਾਡੀ ਤਾਈ ਆ, ਦੀਪੋ ਦੇ ਹੀ ਕਾਰਨ ਇਹਨਾਂ ਤੋਂ ਜੋ ਵੀ ਪਿੰਡ 'ਚ ਕਰਦਾ ਹੋਣੀ ਮੈਂ ਦੱਸਦਾ। ਇਹਦੇ ਵਿੱਚ ਸਰ ਜਿਹੜੀ ਮਾਤਾ ਦੀਪੋ ਜੀ ਗੱਲ ਕਰਦੀ ਹੈ ਨਾ, ਪੰਚਾਇਤ ਨੇ ਸਾਰਾ ਫੈਸਲਾ ਕੀਤਾ, ਇਹ ਆਪਣਾ ਥਾਂ ਜਿਹੜਾ ਹੱਟੀ ਦੇ ਲਾਗੇ ਉਹ ਵੇਚ ਗਈ ਆ। ਅੱਛਾ, ਇਹ ਤੁਹਾਡਾ ਮਾਲਕੀ ਥਾਂ ਵਾ? ਇਹ ਮੇਰਾ ਮਾਲਕੀ ਹੈ। ਇਹ ਗਲਤ ਇਲਜ਼ਾਮ ਲਾ ਰਿਹਾ ਤੁਹਾਡੇ? ਗਲਤ ਬਿਲਕੁਲ, ਇਹਨਾਂ ਨੂੰ ਚੈਨ ਨਹੀਂ ਆਉਂਦਾ ਬਸ। ਕੀ ਨਾਮ ਮਾਤਾ ਜੀ ਤੁਹਾਡਾ? ਮੇਰਾ ਨਾਮ ਗੁਰਦੇਵ ਕੌਰ। ਅਤੇ ਕੀ ਮਸਲਾ ਕੀ ਆ ਜਿਹੜਾ ਥਾਂ ਵੱਲਦਾ ਧੱਕੇ ਨਾਲ? ਇਹ ਥਾਂ ਮੈਂ ਭਾਈ ਜਦੋਂ ਆਈਆਂ ਨੇ ਵਿਆਹ ਹੀ ਆਈਆਂ, ਉਦੋਂ ਇੱਥੇ ਮੱਥਾ ਉਹਨਾਂ ਮੈਨੂੰ ਟਿਕਾਇਆ।
ਕਿੰਨਾ ਚਿਰ ਪੁਰਾਣੀ ਜਗ੍ਹਾ ਹੈ? ਪੁਰਾਣੀ ਜਗ੍ਹਾ ਪਾਕਿਸਤਾਨ ਦੇ ਵਿੱਚ ਦੀ ਆ। ਪੁਰਾਣੀ ਜਗ੍ਹਾ ਸੀ ਇਹ? ਆ ਪੁਰਾਣੀ ਜਗ੍ਹਾ ਇਹ ਉਹਨਾਂ ਗੁਰਦੇਵ ਸਿੰਘ ਫੌਜੀ ਆ। ਪੁਰਾਣੀ ਜਗ੍ਹਾ ਪਾਕਿਸਤਾਨ ਤੇ ਪਹਿਲੋਂ ਦੀ ਬਣੀ ਆ। ਤੇ ਕਿੰਨੇ ਢਾਈ ਕਿੰਨੇ ਆ ਜੀ ਉਹਨਾਂ? ਢਾਈ ਇਹਨਾਂ ਨੇ ਪੀਰਾਂ ਦੀ ਜਗ੍ਹਾ ਤੁਸੀਂ ਨਾ ਬੋਲੋ। ਉਹਨਾਂ ਨੂੰ ਪਤਾ ਆ, ਉਹਨਾਂ ਨੂੰ ਪੁੱਤ ਪਤਾ। ਉਹਦਾ ਜਦ ਦਾਦਾ ਉਹ ਵੀ ਜਗਾਉਂਦਾ ਸੀ ਇੱਥੇ, ਦਾਦੀ ਵੀ ਜਗਾਉਂਦੀ। ਅਸੀਂ ਨਾ ਪੰਜ ਛੇ ਘਰ ਇੱਥੇ ਹੀ ਤੇਲ ਪਾਉਂਦੇ ਹਾਂ, ਪੁਰਾਣੇ ਘਰ ਦੇ ਵਿੱਚ। ਇਹ ਡਿੱਗ ਪਏ ਮੁੜ ਕੇ, ਫਿਰ ਅੱਡੋ ਅੱਡੀ ਬਣਾਏ। ਉਹ ਜਗ੍ਹਾ ਰਹੀ ਇੱਥੇ ਰਹੀ ਆ, ਉੱਥੇ ਕਿਸੇ ਪੈਸੇ ਤੇਲ ਪਾਇਆ ਨਾ ਪਾਇਆ। ਕਰਨਜੀਤ ਸਿੰਘ ਜੀ, ਕੀ ਮਸਲਾ ਕੀ ਹੈ ਜੀ? ਜਿਹੜਾ ਥਾਂ ਬਲਦਾ ਹੈ ਜੀ ਭਾਈ, ਇਹ ਸਾਡੇ ਪੁਰਖਿਆਂ ਦਾ ਥਾਂ ਸੀ, ਪੰਜਾਂ ਸੱਤਾਂ ਘਰਾਂ ਦਾ ਥਾਂ ਵਾ। ਚਿਰਾਗਾਂ ਲਈ ਸਾਰਿਆਂ ਨੇ ਸਾਂਝਾ ਛੱਡਿਆ ਸੀ। ਪੀਰ ਬਾਬਾ ਲੱਖਦਾਤਾ ਜੀ ਦੀ ਜਗ੍ਹਾ ਸੀ ਇੱਥੇ, ਬੜੀ ਪੁਰਾਣੀ, ਸਾਰੇ ਪੁਰਖੇ ਸਾਡੇ ਜਗਾਉਂਦੇ ਸੀ। ਤੇ ਇਹਨੂੰ ਸਨ 17 ਸਿੰਘ, ਸਨ ਉਹ ਮੇਜਰ ਸਿੰਘ ਤੇ ਗੁਰਦੇਵ ਸਿੰਘ, ਸਨ ਉਹ ਮੁਖਤਿਆਰ ਸਿੰਘ ਨੇ ਜ਼ਬਰਦਸਤੀ ਢਾਹਤੀ ਹੈ। ਤੇ ਹੁਣ ਇਹ ਕਬਜ਼ਾ ਕਰਨ ਦਿਆਂ ਅਸੀਂ ਇਹਨਾਂ ਨੂੰ ਡੱਕਣ ਦੀ ਕੋਸ਼ਿਸ਼ ਕੀਤੀ ਆ, ਤੇ ਇਹਨਾਂ ਨੇ ਨਜਾਇਜ਼ ਹੱਟ ਦੇ ਪੁਲਿਸ ਪਾ ਕੇ ਤੇ ਹੱਟ ਦੇ ਪਰਚਾ ਕਰਵਾਤਾ। ਤੇ ਹੁਣ ਨਜਾਇਜ਼ ਅਸੀਂ ਮੰਗ ਕਰਦੇ ਹਾਂ ਕਿ ਸਾਰੀ ਜਗ੍ਹਾ ਸ਼ੁਰੂ ਤੋਂ ਸਾਡੇ ਦਾਦਿਆਂ ਪੜਦਾਦਿਆਂ ਨੇ ਛੱਡੀ, ਚਿਰਾਗਾਂ ਵਾਸਤੇ ਤੇ ਚਿਰਾਗਾਂ ਵਾਸਤੇ ਹੀ ਰਵੇ। ਪਿੰਡ ਮਾੜੀ ਕੰਬੂਕੇ ਮਨਜੀਤ ਕੌਰ ਹੈ, ਉਹਨੇ ਨਾ ਦੋਸ਼ ਲਾਇਆ ਆਪਣੇ ਜੇਠ 'ਤੇ ਕਿ ਉਸ ਵੱਲੋਂ ਇੱਕ ਪੀਰਾਂ ਦੀ ਜਗ੍ਹਾ ਉੱਥੇ ਉਹਦੇ ਘਰ ਦੇ ਨਾਲ ਸੀ ਢਾਹ ਦਿੱਤੀ ਗਈ ਹੈ, ਅਤੇ ਉਹਨਾਂ ਉਹ ਜਗ੍ਹਾ 'ਤੇ ਨਜਾਇਜ਼ ਕਬਜ਼ਾ ਕੀਤਾ ਜਾ ਰਿਹਾ। ਕੀ ਮਾਮਲਾ ਸਰ? ਉਹਨਾਂ ਦੋਵਾਂ ਧਿਰਾਂ ਦਾ ਪਰਿਵਾਰਕ ਥਾਂ ਦਾ ਝਗੜਾ ਵਾ, ਅਤੇ ਦੋਵਾਂ ਧਿਰਾਂ ਨੂੰ ਜਿਹੜਾ ਇਸ ਤਰ੍ਹਾਂ ਉਸਨੇ ਟਾਈਮ ਦਿੱਤਾ ਉਹ ਕੀਤੀ ਪੀਰਾਂ ਦੀ ਜਗ੍ਹਾ ਪਰ ਇਹਨੂੰ। ਪਰਿਵਾਰ ਦਾ ਹੀ ਕਹਿਣਾ ਕਿ ਪੁਰਾਣੀ ਜਗ੍ਹਾ ਸੀਗੀ ਜਿਹੜੀ ਢਾਹੀ ਗਈ? ਨਹੀਂ, ਇਹ ਕੋਈ ਗੱਲ ਨਹੀਂ। ਇਹ ਥਾਂ ਦਾ ਹੀ ਝਗੜਾ ਹੈ? ਇਹ ਥਾਂ ਦਾ ਹੀ ਝਗੜਾ।